ਯਾਦਾਂ ਤੇਰੀਆਂ ਚ ਚੱਲਾਂ ਕੋਈ ਜਾਣ ਜਾਏ। ਅਸੀਂ ਫਿਲਮ ਬਣਾ ਰਹੇ ਹਾਂ ਦਾਸ ਲਗਲਾ ਹੀਰੋ, ਅਤੇ ਬਹੁਤ ਵਧੀਆ ਕੰਸੈਪਟ ਹੈ। ਚਮਕੌਰ ਸੋਹਲ ਜੀ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਅਤੇ ਨਾਲ ਉਹਨਾਂ ਦੇ ਨਾਲ ਡਾਕਟਰ ਵਿਨੋਦ ਸਾਨੀ, ਇਹ ਦੋ ਬੈਨਰ ਬਣ ਕੇ ਫਿਲਮ ਬਣਾ ਰਹੇ ਆ। ਅਤੇ ਚਮਕੌਰ ਸੋਹਲ ਜੀ ਨੇ ਇਹ ਫਿਲਮ ਲਿਖੀ ਆ ਅਤੇ ਐਜ ਏ ਹੀਰੋ ਵੀ ਉਹਦੇ ਵਿੱਚ ਆ ਰਹੇ ਆ। ਬੜਾ ਅੱਛਾ ਜਿਹਾ ਕੰਸੈਪਟ ਆ। ਕੁਛ ਸ਼ੂਟ ਜਿਹੜਾ ਸਾਡਾ ਹੈਗਾ ਪੰਜਾਬ ਦਾ ਅਤੇ ਕੁਛ ਹਿਮਾਚਲ ਦਾ, ਜਿਸ ਤਰ੍ਹਾਂ ਮਨਾਲੀ ਹੋ ਗਿਆ, ਲੱਦਾਖ ਹੋ ਗਿਆ, ਅਤੇ ਉਸ ਤੋਂ ਬਾਅਦ ਬੰਬੇ ਵੀ ਸਾਡਾ ਇਹਦਾ ਸ਼ੂਟ ਹੈ। ਅਤੇ ਅਗਰ ਮੈਂ ਕਾਸਟਿੰਗ ਦੀ ਗੱਲ ਕਰਾਂ ਤਾਂ ਕਾਸਟਿੰਗ ਦੇ ਵਿੱਚ ਚਮਕੌਰ ਸੋਹਲ ਜੀ ਹੋ ਗਏ, ਜੈਸਮੀਨ ਹੋ ਗਈ, ਅਮਤੋਜ ਹੋ ਗਿਆ, ਅਤੇ ਉਸ ਤੋਂ ਬਾਅਦ ਨੀਟੂ ਪੰਧੇਰ, ਗੁਰਚੇਤ ਚਿੱਤਰਕਾਰ, ਗੁਰਮੀਤ ਸਾਜਨ, ਹੋਰ ਵੀ ਬਹੁਤ ਫਨਕਾਰ ਨੇ ਜਿਹੜੇ ਪੰਜਾਬ ਦੇ ਅਤੇ ਬੋਲੀਵੁੱਡ ਬੋਲੀਵੁੱਡ ਦੇ, ਉਹ ਇਹਦੇ ਵਿੱਚ ਫਿਲਮ 'ਚ ਕੰਮ ਕਰ ਰਹੇ ਹਨ ਜੀ। ਕਾਫੀ ਦੇਰ ਬਾਅਦ ਫਿਲਮ ਸ਼ੂਟ ਸ਼ੁਰੂ ਹੋ ਰਿਹਾ। ਦੇਖੋ ਜੀ, ਲੋਕਡਾਊਨ ਤੋਂ ਬਾਅਦ ਕਰੋਨਾ ਕਾਲ ਸੀ, ਸਾਰੀ ਇੰਡਸਟਰੀ ਹੀ ਨੀਚੇ ਆਈ ਅਤੇ ਬੜਾ ਲੋਸ ਵੀ ਹੋਇਆ ਸਾਰਿਆਂ ਨੂੰ। ਚਲੋ, ਬਿਮਾਰੀ ਫੈਲੀ ਹੋਈ ਸੀ, ਧਿਆਨ ਵੀ ਰੱਖਣਾ ਸੀ, ਇਸ ਕਰਕੇ ਸ਼ੂਟ ਸਾਰੇ ਹੀ ਲੇਟ ਸੀ ਅਤੇ ਲੋਸ ਤਾਂ ਬਹੁਤ ਹੋਇਆ। ਅਤੇ ਹੁਣ ਅਸੀਂ ਰੈਗੂਲਰ ਅੱਗੇ ਫਿਲਮਾਂ ਬਹੁਤ ਕਰ ਰਹੇ ਹਾਂ ਲਗਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਚਮਕੌਰ ਸੋਹਲ। ਅੱਜ ਅਸੀਂ ਲੁਧਿਆਣੇ ਦੇ ਵਿੱਚ ਦਾਸ ਟਗਲਰ ਹੀਰੋ ਫਿਲਮ ਦਾ ਅਸੀਂ ਮਹੂਰਤ ਕੀਤਾ, ਜਿਸ ਲਈ ਅਸੀਂ ਪ੍ਰੈਸ ਕਾਨਫਰੰਸ ਰੱਖੀ ਹੈ। ਅਤੇ ਇਹ ਫਿਲਮ ਨੂੰ ਡਾਇਰੈਕਟ ਕਰ ਨੇ ਜਸਪ੍ਰੀਤ ਮਾਨ, ਅਤੇ ਇਸ ਫਿਲਮ ਦੇ ਵਿੱਚ ਕਲਾਕਾਰ ਨੇ ਗੁਰਮੀਤ ਸਾਜਨ, ਨੀਟੂ ਪਨੇੜ ਅਤੇ ਆਪਣੇ ਹੋਰ ਵਧੀਆ ਅੱਛੇ ਐਕਟਰ ਨੇ, ਜਾਣੀ ਇਹਦੇ ਵਿੱਚ ਸਾਰੇ ਮਲਟੀਕਾਸਟ ਫਿਲਮ ਹੈ। ਸਟੋਰੀ ਕੀ ਕਹਿੰਦੀ ਹੈਗੀ? ਸਟੋਰੀ ਇਹ ਵੀ ਜਿਵੇਂ ਅੱਜ ਕੱਲ੍ਹ ਲੋਕਾਂ ਨਾਲ ਹੋ ਰਿਹਾ ਫਰੋਡ, ਵੀ ਅੰਦਰ ਸ਼ੌਂਕ ਤਾਂ ਹੁੰਦੇ, ਉਹ ਸ਼ੌਂਕ ਦਾ ਜਾਣੀ ਕਿ ਲੋਕਾਂ ਦਾ ਜਾਣੀ ਗਲਤ ਫਾਇਦਾ ਉਠਾ ਜਾਂਦੇ ਆ, ਕਈ ਲੋਕ ਇਮੋਸ਼ਨਾਂ ਨਾਲ ਖੇਡਦੇ ਨੇ, ਅਤੇ ਇਸ ਚੀਜ਼ 'ਤੇ ਫਿਲਮ। ਕੀ ਕਹਿਣਾ ਚਾਹੋਗੇ ਵੀ ਜਿਹੜਾ ਲੋਕ ਆਪਣਾ ਟੈਲੈਂਟ ਕੋਈ ਦਿਖਾਉਣ ਵਾਸਤੇ ਕੋਈ ਨਾ ਕੋਈ ਸਟੇਜ ਨੂੰ ਚੂਜ਼ ਕਰਦੇ ਨੇ, ਲੇਕਿਨ ਕਈ ਵਾਰੀ ਸਟੇਜ ਜਿਹੜੀ ਹੈਗੀ ਆ ਫਰੋਡ ਕਰ ਜਾਂਦੀ ਆ? ਉਹੀ ਦੱਸ ਰਿਹਾ ਵੀ ਜਿਵੇਂ ਹੁਣ ਹਰ ਇੱਕ ਦੇ ਅੰਦਰ ਜੇ ਕੋਈ ਅੰਦਰਲਾ ਕਲਾਕਾਰ ਆ, ਉਹ ਇੰਨੀਆਂ ਕੁ ਟੱਕਰਾਂ ਨੇ ਵੀ ਅੰਦਰਲਾ ਕਲਾਕਾਰ ਅੰਦਰ ਹੀ ਮਰ ਜਾਂਦਾ ਉਹਦੇ। ਵੀ ਮੈਂ ਇੱਕ ਇਹੋ ਜਿਹੀ ਫਿਲਮ ਲੈ ਕੇ ਆ ਰਿਹਾ ਵੀ ਉਹਦੇ ਅੰਦਰਲਾ ਜਿਹੜਾ ਕਲਾਕਾਰ ਆ ਉਹਨੂੰ ਨਵੀਂ ਜ਼ਿੰਦਗੀ ਉਹਨੂੰ ਕਿਵੇਂ ਦਿੰਦਾ। ਕੀ ਕਹਿਣਾ ਚਾਹੋਗੇ ਤੁਸੀਂ ਲੁਧਿਆਣੇ ਦੇ ਵਿੱਚ ਸ਼ੂਟ ਸ਼ੁਰੂ ਕਰ ਰਹੇ ਹੋ? ਜੀ ਜੀ, ਕਾਫੀ ਦੇਰ ਤੋਂ ਬਾਅਦ ਸ਼ੂਟ ਸ਼ੁਰੂ ਹੋ ਰਿਹਾ ਕਰੋਨਾ ਕਰਕੇ। ਜੀ ਜੀ, ਸ਼ੂਟ ਤਾਂ ਹੀ ਸਾਡਾ ਪਹਿਲਾਂ ਹੀ ਸ਼ੁਰੂ ਹੋ ਜਾਣਾ ਸੀਗਾ, ਬਸ ਆਹੀ ਮਾਹੌਲ ਕਰਕੇ ਥੋੜ੍ਹਾ ਜਿਹਾ ਵੇਟ ਕਰ ਰਹੇ ਸੀ। ਚਲੋ, ਹੁਣ ਪਰਮਾਤਮਾ ਨੇ ਦਿਨ ਚੰਗੇ ਲਿਆਂਦੇ ਆ ਅਤੇ ਅਸੀਂ ਇਸ ਫਿਲਮ ਨੂੰ ਸ਼ੁਰੂ ਕਰਨ ਲੱਗੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਯਾਸਮੀ ਅਤੇ ਮੈਂ ਚੰਡੀਗੜ੍ਹ ਜ਼ੀਰਕਪੁਰ ਤੋਂ ਬਿਲੋਂਗ ਕਰਦੀ ਹਾਂ। ਅਤੇ ਇਸ ਫਿਲਮ 'ਚ ਮੇਰਾ ਪ੍ਰੀਤੋ ਦਾ ਕਰੈਕਟਰ ਹੈ ਜਿਹੜੇ ਲੀਡ ਕਰੈਕਟਰ 'ਚ ਹੈਗਾ। ਅਤੇ ਜਿਹੜਾ ਪ੍ਰੀਤੋ ਦਾ ਕਰੈਕਟਰ ਹੈ ਉਹ ਬੜਾ ਕਿਊਟ ਜਿਹਾ ਕਹਿ ਸਕਦੇ ਹੋ, ਇਨੋਸੈਂਟ ਅਤੇ ਕਿਊਟ ਜਿਹਾ ਹੈਗਾ। ਅਤੇ ਇਹ ਜਿਹੜੀ ਕੁੜੀ ਹੈ ਚਾਈਨਾ ਤੋਂ ਹੈ। ਅਤੇ ਇਸ ਮੂਵੀ 'ਚ ਜਿਹੜੇ ਸਾਡੇ ਲੀਡ ਕਰੈਕਟਰ ਨੇ ਉਹਨਾਂ ਦੇ ਨਾਲ ਇਹ ਲਵਰ ਦਾ ਇਹਨਾਂ ਦਾ ਕਹਿ ਸਕਦੇ ਹੋ ਰੋਲ ਰਹੂਗਾ। ਅਤੇ ਇਹ ਜਿਹੜੀ ਕੁੜੀ ਹੈ ਪ੍ਰੀਤੋ, ਇਹ ਬੀਚ 'ਚ ਸਾਡੇ ਜਿਹੜੇ ਲੀਡ ਹੈ ਉਹਨਾਂ ਨੂੰ ਮੋਟੀਵੇਟ ਕਰਦੀ ਰਹੂਗੀ। ਅਤੇ ਕਾਫੀ ਕਿਊਟ ਜੀ ਸਟੋਰੀ ਹੈ, ਤੁਸੀਂ ਵੇਖਣਾ ਜ਼ਰੂਰ। ਕੀ ਕਹਿਣਾ ਚਾਹੋਗੇ ਤੁਸੀਂ ਲੁਧਿਆਣਾ ਵਾਸੀਆਂ ਨੂੰ? ਇਹੀ ਕਹਿਣਾ ਚਾਹੂੰਗੀ, ਸਾਨੂੰ ਸਪੋਰਟ ਕਰਿਓ, ਇਹ ਮੂਵੀ ਬਹੁਤ ਵਧੀਆ ਬਣਨ ਵਾਲੀ ਹੈ। ਅਤੇ ਆਉਣ ਵਾਲੇ ਟਾਈਮ 'ਚ ਡੈਫੀਨੇਟਲੀ ਬਹੁਤ ਹੀ ਵਧੀਆ ਮੈਸੇਜ ਦੇ ਨਾਲ ਸਭ ਨੂੰ ਖੁਸ਼ ਕਰਨ ਵਾਲੀ। ਧੰਨਵਾਦ।